ਸਤਿ ਸ਼੍ਰੀ ਅਕਾਲ ਜੀ। ਜਿਵੇਂ ਅਸੀਂ ਜਾਣਦੇ ਹਾਂ ਕਿ ਇਸ ਵਕਤ ਪੰਜਾਬ ਦੇ ਵਿੱਚ ਕਰਫਿਊ ਲੱਗਿਆ ਹੋਇਆ ਹੈ, ਕਰੋਨਾ ਵਾਇਰਸ ਨੂੰ ਖਤਮ ਕਰਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਸਾਰੇ ਇਸ ਕਰਫਿਊ ਦੇ ਵਿੱਚ ਪ੍ਰਸ਼ਾਸਨ ਦੇ ਨਾਲ, ਪੁਲਿਸ ਦੇ ਨਾਲ ਸਹਿਯੋਗ ਦੇ ਕੇ ਚੱਲੀਏ, ਆਪਣੇ ਘਰਾਂ ਦੇ ਵਿੱਚ ਹੀ ਰਹੀਏ ਅਤੇ ਬਾਹਰ ਬਿਲਕੁਲ ਨਾ ਨਿਕਲੀਏ। ਇਸ ਲਈ ਜ਼ਰੂਰੀ ਵਸਤੂਆਂ ਤੁਹਾਨੂੰ ਘਰ ਦੇ ਵਿੱਚ ਹੀ ਮੁਹੱਈਆ ਕਰਾਉਣ ਲਈ ਪ੍ਰਸ਼ਾਸਨ ਵੱਲੋਂ ਪੂਰੇ ਇੰਤਜ਼ਾਮ ਕਰ ਲਏ ਗਏ ਹਨ। ਕੱਲ੍ਹ ਯਾਨੀ 25 ਤਰੀਕ ਤੋਂ ਕਿਸੇ ਨੂੰ ਵੀ ਜੇਕਰ ਦਵਾਈ ਦੀ ਲੋੜ ਪੈਂਦੀ ਹੈ ਜਾਂ ਘਰ ਦੇ ਵਿੱਚ ਕਿਸੇ ਖਾਣ ਪੀਣ ਦੀ ਵਸਤੂ ਦੀ ਲੋੜ ਪੈਂਦੀ ਹੈ, ਉਹਦੇ ਲਈ ਡਿਲੀਵਰੀ ਘਰ ਦੇ ਵਿੱਚ ਹੀ ਕੀਤੀ ਜਾਏਗੀ। ਇਸ ਦੇ ਲਈ ਤੁਹਾਨੂੰ ਕੁਛ ਟੈਲੀਫੋਨ ਨੰਬਰਸ ਮੁਹੱਈਆ ਕਰਵਾਏ ਜਾਣਗੇ, ਫਲੈਸ਼ ਕਰਵਾਏ ਜਾਣਗੇ ਮੀਡੀਆ ਦੇ ਮਾਧਿਅਮ ਦੇ ਨਾਲ। ਇਹਨਾਂ ਨੰਬਰਸ 'ਤੇ ਕਾਲ ਕਰਕੇ ਤੁਸੀਂ ਜੇਕਰ ਤੁਹਾਨੂੰ ਕਿਸੇ ਦਵਾਈ ਦੀ ਜ਼ਰੂਰਤ ਹੈ ਜਾਂ ਕਿਸੇ ਖਾਣ ਪੀਣ ਦੀ ਵਸਤੂ ਦੀ ਜ਼ਰੂਰਤ ਹੈ, ਉਹਦਾ ਔਡਰ ਦੇ ਸਕਦੇ ਹੋ ਅਤੇ ਉਹ ਤੁਹਾਡੇ ਘਰ ਹੀ ਡਿਲੀਵਰ ਹੋਏਗੀ। ਇਸ ਤੋਂ ਇਲਾਵਾ ਸਬਜ਼ੀਆਂ ਦੇ ਲਈ ਵੀ ਹੋਮ ਡਿਲੀਵਰੀ ਦਾ ਸਿਸਟਮ ਬਣਾ ਲਿਆ ਗਿਆ ਹੈ। ਇਹ ਸਬਜ਼ੀਆਂ ਦੇ ਵੈਂਡਰਸ ਗਲੀ ਗਲੀ ਜਾ ਕੇ ਸਬਜ਼ੀਆਂ ਵੇਚਣਗੇ ਅਤੇ ਇਸਦੇ ਲਈ ਵੀ ਤੁਹਾਨੂੰ ਬਾਹਰ ਨਿਕਲਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ। ਦੁੱਧ ਅਤੇ ਨਿਊਜ਼ ਪੇਪਰ ਪਹਿਲੇ ਵਾਂਗ ਹੀ ਘਰ ਘਰ ਮੁਹੱਈਆ ਕਰਵਾਏ ਜਾਣਗੇ। ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਇਸ ਕਰਫਿਊ ਦੇ ਵਿੱਚ ਘਰ ਰਹਿ ਕੇ ਇਸ ਕਰਫਿਊ ਨੂੰ ਕਾਮਯਾਬ ਬਣਾਈਏ ਤਾਂ ਕਿ ਕਰੋਨਾ ਵਾਇਰਸ ਨੂੰ ਅਸੀਂ ਰੋਕ ਸਕੀਏ ਅਤੇ ਇਸ ਤੋਂ ਬਚ ਸਕੀਏ। ਮੈਂ ਫਿਰ ਇੱਕ ਵਾਰੀ ਅਪੀਲ ਕਰਦੀ ਹਾਂ ਕਿ ਪੁਲਿਸ ਪ੍ਰਸ਼ਾਸਨ ਅਤੇ ਹੈਲਥ ਵਰਕਰਸ ਜਿਹੜੇ ਇਸ ਸਮੇਂ ਆਪਣੀ ਜਾਨ ਖਤਰੇ ਦੇ ਵਿੱਚ ਪਾ ਕੇ ਡਿਊਟੀ ਨਿਭਾ ਰਹੇ ਨੇ ਦਿਨ ਰਾਤ, ਉਹਨਾਂ ਦੀ ਖਾਤਰ ਅਸੀਂ ਇਸ ਕਰਫਿਊ ਦੇ ਵਿੱਚ ਆਪਣੇ ਘਰ ਦੇ ਵਿੱਚ ਹੀ ਰਹੀਏ ਅਤੇ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਈਏ। ਧੰਨਵਾਦ।